ਮਨਪ੍ਰੀਤ ਨੂੰ ਹਰਾਓ, ਮਨਪ੍ਰੀਤ ਨੂੰ ਹਰਾਓ, ਬਾਦਲ ਵਾਲੇ ਨੂੰ ਵੀ, ਬਾਦਲ ਦੂਜੇ ਬਾਦਲ ਨਾਲ ਹਰਾਓ, ਜੀ ਸਤਕੇ 100 ਵਾਰ ਹਰਾਓ ਤੁਸੀਂ। ਲੈਂਗੁਏਜ ਜਿਹੜੀ ਉਹ ਯੂਜ਼ ਕਰਦੇ ਸੀ ਬੜੀ ਵਾਹਿਆਤ ਲੈਂਗੁਏਜ ਹੈ, ਰਗੜ ਦਿਓ, ਠੋਕ ਦਿਓ, ਇਹ ਕੋਈ ਇੱਕ ਤੇ ਨਹੀਂ ਤਾਂ ਅਸੀਂ ਇਹਨੂੰ ਇਹਨੂੰ ਦਿਖਾ ਦਿੰਦੇ ਨਜ਼ਾਰੇ। ਅਤੇ ਇਲੈਕਸ਼ਨ ਹੁਣ ਕਿਹੜਾ ਨਹੀਂ ਆਉਣੇ, ਇਹ ਕੁੰਭ ਦਾ ਮੇਲਾ ਤਾਂ ਹੈ ਨਹੀਂ ਕਿ 12 ਸਾਲਾਂ ਬਾਅਦ ਆਊਗਾ। ਉਹ ਦਿੱਤਾ ਜਿਹਦੇ ਚੇਲਾ ਸੀ, ਹੁਣ ਰੀਸੈਂਟਲੀ ਸਿੱਧੂ ਸਾਹਿਬ ਨੇ ਇਹਦੇ ਪਿੱਛੇ ਸਟੈਂਡ ਲਿੱਤਾ ਕਿ ਉਹਨੂੰ ਮਿਨਿਸਟਰ ਬਣਾਓ, ਅਤੇ ਬਸ ਕਰਤਾ ਸਿੱਧੂ ਸਾਹਿਬ ਦਾ ਵੀ ਕੰਮ ਇਹਨੇ, ਚੰਨੀ ਦਾ ਵੀ। ਇਹ ਚੀਜ਼ ਪੋਜ਼ਿਟਿਵ ਜਾਂ ਨੈਗੇਟਿਵ ਹੈ? ਇਟ ਗੋਜ਼ ਬੋਥ ਦਾ ਵੇਜ਼, ਕਿਉਂਕਿ ਅਗਰ ਪੋਜ਼ਿਟਿਵ ਹੈ, ਅਗਰ ਤੁਸੀਂ ਬਣਾਏ ਹੋ ਤੁਹਾਡੇ ਨਾਲ ਨੇ ਤਾਂ ਪੋਜ਼ਿਟਿਵ ਹੈ ਕਿ ਤੁਹਾਡੀ ਟੀਮ ਦਾ ਪਾਰਟ ਹੈ। ਲੋਕਾਂ ਨੇ ਬਣਾਏ ਆ, ਮੈਂ ਕੋਈ ਲੋਕਾਂ ਦੇ ਹੱਥ ਤੋਂ ਆ ਕੇ ਉਹਨਾਂ ਦੇ ਉਂਗਲਾਂ 'ਤੇ ਬਟਨ ਤਾਂ ਨਹੀਂ ਨਾ ਨੱਪਿਆ। ਨਹੀਂ ਸੀ, ਟਿਕਟ ਤਾਂ ਤੁਸੀਂ ਦਿੱਤੀ ਹੈ ਨਾ? ਨਹੀਂ ਨਹੀਂ ਵੀ ਜੀ, ਇੱਦਾਂ ਤੋਂ ਬਾਦਲ ਵਰਸਿਸ ਬਾਦਲ ਡਿਵਾਈਡ ਹੋਏਗਾ ਵੋਟ ਸ਼ੇਅਰ, ਰਾਈਟ? ਫਸਟ ਆਫ ਆਲ, ਸੈਕਿੰਡ, ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਇੱਕ ਦੂਜੇ ਨੂੰ ਜਿਤਾਉਣ ਵਾਸਤੇ ਹੈ, ਇਜ਼ ਦੈਟ ਦਾ ਪੁਆਇੰਟ? ਤੁਸੀਂ ਮਾਸਟਰ ਕੀ ਜੀ, ਰੂਪ ਚੰਦ ਸਿੰਗਲਾ 'ਤੇ ਪਾਣੀ ਮਾਰਿਆ, ਹਾਲਾਂਕਿ ਮਾੜਿਆ ਬੁਰਿਆ ਹੈ ਨਹੀਂ। ਮਾਸਟਰ ਕੀ ਮਨਪ੍ਰੀਤ ਗਿਣਤੀ 'ਚ ਉੱਠ ਕੇ ਬਾਹਰ ਆ ਗਿਆ ਅਤੇ ਸਰਟੀਫਿਕੇਟ ਦੇ ਆਇਆ, ਉਸ ਤੋਂ ਬਾਹਰ ਆਏ ਕਹਿੰਦੇ ਇਹਦਾ ਰਲ ਗਿਆ। ਅੱਛਾ, ਰਿਊਮਰੇਲਾ ਦਾ ਰਲ ਗਿਆ, ਇਹਨੇ ਤਾਂ ਜੀ ਹਰਸਿਮਰਨ ਨੂੰ ਜਿਤਾਇਆ। ਕਮਾਲ ਹੋ ਗਈ, ਜੇ ਇੰਨਾ ਹੀ ਸੀ ਫਿਰ ਅਸੀਂ ਅਕਾਲੀ ਦਲ ਕਿਉਂ ਛੱਡਦੇ? ਹਾਂਜੀ, ਇਸ ਰੂਮਰ ਨੂੰ ਕਿਵੇਂ ਇਸ ਵਾਰੀ ਕਿਵੇਂ ਟੈਕਲ ਹੋਏਗਾ? ਮਨਪ੍ਰੀਤ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਮੈਂ ਡਰੱਗ ਪਾਰਕ ਲਿਆਉਣਾ ਚਾਹੁੰਦਾ ਬਠਿੰਡਾ ਦੇ ਵਿੱਚ, ਹੁਣ ਬੀਜੇਪੀ ਜੁਆਇਨ ਹੋ ਗਈ ਹੈ, ਇਹ ਪ੍ਰਾਇਰਟੀ ਰਹੇਗੀ ਕਿ 2024 ਤੋਂ ਪਹਿਲਾਂ ਡਰੱਗ ਪਾਰਕ ਬਠਿੰਡਾ ਆਏ? ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਵੈਲਕਮ ਟੂ ਅ ਨਿਊ ਸਟ੍ਰੀਮ। ਅੱਜ ਆਪਣੇ ਗੈਸਟ ਨੇ ਇੱਕ ਇਹੋ ਜਿਹੇ ਪਰਸਨ ਜਿਹੜੇ ਨਾ ਤਾਂ ਕਦੇ ਕੋਈ ਮਿਨਿਸਟਰ ਰਹੇ, ਨਾ ਕਦੇ MLA ਰਹੇ, ਲੇਕਿਨ ਉਹਨਾਂ ਦਾ ਜਿਹੜਾ ਇੱਕ ਕਿਹਾ ਜਾਂਦਾ ਹੈ ਕਿ ਇੱਕ ਪ੍ਰਭਾਵ ਬਹੁਤ ਜ਼ਿਆਦਾ, ਨਾਮ ਬਹੁਤ ਚਰਚਿਤ ਰਹਿੰਦਾ, ਮਾਲਵੇ ਜ਼ੋਨ ਦੇ ਵਿੱਚ ਜ਼ਿਆਦਾ ਰਹਿੰਦਾ, ਪੰਜਾਬ ਦੇ ਵਿੱਚ ਤਾਂ ਰਹਿੰਦਾ ਹੀ ਰਹਿੰਦਾ, ਸਪੈਸ਼ਲੀ ਬਠਿੰਡਾ ਔਰ ਗਿੱਦੜਵਾਲ ਨੂੰ ਲੈ ਕੇ ਬਹੁਤ ਵਾਰੀ ਉਹਨਾਂ ਦਾ ਨਾਮ ਆਉਂਦਾ, ਅੱਛੀਆਂ ਜਗ੍ਹਾ ਦੇ ਵਿੱਚ ਆਉਂਦਾ ਅਤੇ ਕਈ ਵਾਰੀ ਦੂਸਰੀਆਂ ਜਗ੍ਹਾ ਦੇ ਵਿੱਚ ਵੀ ਆਉਂਦਾ। ਕਿਉਂ ਆਉਂਦਾ, ਕਿਵੇਂ ਆਉਂਦਾ, ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਨਾਮ ਇਸ ਤਰ੍ਹਾਂ ਕਿਉਂ ਆਉਂਦਾ। ਲੈਟਸ ਵੈਲਕਮ ਮਿਸਟਰ ਜੋਜੋ, ਇਹਨਾਂ ਦਾ ਨਾਮ ਵੈਸੇ ਤਾਂ ਮਿਸਟਰ ਜੈਜੀਤ ਜੋਹਲ ਹੈ, ਲੇਕਿਨ ਇਹਨਾਂ ਨੂੰ ਜੋਜੋ ਦੇ ਨਾਮ 'ਤੇ ਜਾਣਿਆ ਜਾਂਦਾ ਔਰ ਪੰਜਾਬ ਦੇ ਵਿੱਚ ਜ਼ਿਆਦਾਤਰ ਨਿਕਨੇਮਸ ਜ਼ਿਆਦਾ ਚੱਲਦੇ ਨੇ। ਸਰ, ਫਸਟ ਆਫ ਆਲ ਵੈਲਕਮ। ਥੈਂਕ ਯੂ ਸੋ ਮਚ। ਫਸਟ ਕੁਐਸਚਨ, ਜੋਜੋ ਨਾਮ ਕਿਵੇਂ ਪਿਆ, ਘਰਦਿਆਂ ਨੇ ਦਿੱਤਾ ਜਾਂ ਲੋਕਾਂ ਨੇ ਦਿੱਤਾ? ਨਹੀਂ ਨਹੀਂ, ਐਕਚੁਲੀ ਕੀ ਹੈਗਾ ਕਿ ਜਦੋਂ ਮੈਂ ਬਹੁਤ ਛੋਟਾ ਸੀ, ਮੈਂ USA ਪੜ੍ਹਦਾ ਹੁੰਦਾ ਸੀਗਾ, ਦਿਸ ਇਜ਼ ਆਈ ਥਿੰਕ ਆਈ ਵਾਸ ਮੈਂ 2 ਸਾਲ ਦਾ ਸੀ, USA ਚਲਾ ਗਿਆ ਸੀ 1969, ਅਤੇ ਮੇਰੀ ਸਕੂਲ ਦੇ ਵਿੱਚ 4 ਸਾਲ ਦੇ ਅੰਦਰ ਛੇੜ ਪੈ ਗਈ ਸੀ। ਓਕੇ, ਇਹਨੂੰ ਉੱਥੇ ਮੈਨੂੰ ਟੀਜ਼ ਕਰਦੇ ਤਾਂ ਨਾਮ ਪੱਕ ਗਿਆ, ਅਤੇ ਮੈਂ ਇੰਡੀਆ ਆਇਆ ਅਤੇ ਉਹੀ ਨਾਮ ਇੱਥੇ ਪੱਕ ਗਿਆ। ਸੋ ਇਟ ਵਾਸ ਜੈਜੀਤ ਸਿੰਘ ਜੋਹਲ, ਜੇ ਕਰਦੇ ਕਰਦੇ ਉਹ ਜੋਜੋ ਬਣ ਗਿਆ, ਫਿਰ ਨਾਲ ਹੀ ਤੁਰਿਆ ਆਇਆ। ਸੋ ਨੋਬਡੀ, ਇਟ ਵਾਸ ਇਟਸ ਨਾਟ, ਹਾਂ। ਸੋ ਬਿਕੋਜ਼ ਜਨਰਲੀ ਨਾ, ਅਗਰ ਰਾਜਨੀਤੀ ਦੇ ਵਿੱਚ ਗੱਲ ਹੁੰਦੀ ਹੈ, ਜਦੋਂ ਨੋਰਮਲ ਗੱਲ ਹੁੰਦੀ ਹੈ, ਲੋਕ ਨਾ ਤੁਹਾਡਾ ਐਕਚੁਅਲ ਨਾਮ ਤਾਂ ਸ਼ਾਇਦ ਹੀ ਕੋਈ ਗੱਲ ਕਰਦਾ ਉਸ ਬਾਰੇ, ਜ਼ਿਆਦਾਤਰ ਲੋਕ ਜੋਜੋ ਦੇ ਨਾਮ 'ਤੇ ਗੱਲ ਕਰਦੇ। ਵਾਟ ਹੈਪਨਸ ਕਿ ਜਦੋਂ ਤੁਸੀਂ ਇਫ ਯੂ ਸਟਾਰਟ ਯੂਜ਼ਿੰਗ ਵਨ ਦਿਸ ਥਿੰਗ, ਦੈਨ ਦ ਰੀਅਲ ਨੇਮ ਐਵਰੀਬਡੀ ਫੋਰਗੈਟਸ, ਐਂਡ ਦੈਨ ਬਿਕਮਸ ਵੈਰੀ ਈਜ਼ੀ। ਮਤਲਬ ਕਹਿੰਦਾ ਸੌਖਾ ਯਾਰ, ਇਹੀ ਲੈ ਲਓ। ਹਾਂਜੀ, ਸੋ ਇਟਸ ਓਕੇ, ਠੀਕ ਹੈ। ਹਾਂਜੀ, ਹੂ ਇਜ਼ ਜੋਜੋ ਐਕਚੁਅਲ ਦੇ ਵਿੱਚ? ਕਿਉਂਕਿ ਦੇਖੋ, ਤੁਸੀਂ ਕਦੇ ਇਲੈਕਸ਼ਨ ਨਹੀਂ ਲੜੇ ਮੇਰੇ ਖਿਆਲ ਨਾਲ? ਨਹੀਂ, ਮੇਰੇ ਮਦਰ ਨੇ ਲੜੇ ਜੀ। ਹਾਂਜੀ, ਤੁਸੀਂ ਖੁਦ ਨਹੀਂ ਲੜੇ, ਤੁਸੀਂ ਆਏ ਅਕਾਲੀ ਦਲ ਦੇ ਨਾਲ, ਐਸੋਸੀਏਟ ਹੋਏ ਅਕਾਲੀ ਦਲ ਨਾਲ, ਕਦੋਂ ਐਸੋਸੀਏਟ ਹੋਏ? ਬਿਫੋਰ, ਆਫਟਰ ਦੀ ਮੈਰਿਜ ਆਫ ਯੋਰ ਸਿਸਟਰ, ਜਾਂ ਬਿਫੋਰ ਦੀ ਮੈਰਿਜ ਆਫ ਯੋਰ ਸਿਸਟਰ? ਦੈਟ ਇਜ਼ ਦ ਮੇਨ ਕੁਐਸਚਨ। ਆਈਲ ਟੈਲ ਯੂ, ਸਾਡੀ ਫੈਮਿਲੀ ਹੈਜ਼ ਆਲਵੇਜ਼ ਬਿਨ ਇਨਵੋਲਵਡ ਇਨ ਪੋਲੀਟਿਕਸ ਫੋਰ ਦ ਲਾਸਟ 50 ਈਅਰਸ ਜੀ। ਸਾਡੀ ਜੋਹਲ ਫੈਮਿਲੀ ਹੈ, ਵੀ ਬਿਲੋਂਗ ਫਰੋਮ ਜ਼ੀਰਾ। ਮੇਰੇ ਮਦਰ ਨੂੰ 1980 ਵਿੱਚ ਵੀ ਕਾਂਗਰਸ ਦੀ ਟਿਕਟ ਮਿਲੀ ਸੀ ਫਰੋਮ ਜ਼ੀਰਾ, ਲਾਸਟ ਮਿਨਟ ਅਸੀਂ ਕਾਗਜ਼ ਭਰਨ ਗਏ ਸੀ, ਫਿਰ ਉਹ ਕੈਂਸਲ ਕੁੰਸਲ ਹੋ ਗਈ ਸੀ, ਐਂਡ ਵੀ ਹੈਡ ਜੁਆਇਨ ਦੀ ਅਕਾਲੀ ਦਲ ਐਟ ਦੈਟ ਟਾਈਮ। ਸਾਡੀ ਰਿਸ਼ਤੇਦਾਰੀ ਤਾਂ ਲੇਟ ਪਈ ਹੈ, 1992 ਦੇ ਇਲੈਕਸ਼ਨਸ ਕੈਂਸਲ ਹੋਏ ਸੀ, ਉਹਦੇ 'ਚ ਮੇਰੇ ਮਦਰ MP ਦਾ ਇਲੈਕਸ਼ਨ ਲੜਿਆ ਸੀ ਫਰੋਮ ਅਕਾਲੀ ਦਲ, ਫਰੋਮ ਫਿਰੋਜ਼ਪੁਰ। ਉਹ ਵਰਕਿੰਗ ਕਮੇਟੀ ਦੇ ਮੈਂਬਰ ਰਹੇ, ਇਸਤਰੀ ਵਿੰਗ ਦੇ ਪ੍ਰੈਜੀਡੈਂਟ ਰਹੇ ਇਨ ਅਕਾਲੀ ਦਲ। ਦਿਸ ਇਜ਼ ਆਲ ਬਿਫੋਰ ਮਨਪ੍ਰੀਤ ਜੀ ਗੋਟ ਮੈਰਿਡ, ਇਨ ਫੈਕਟ ਆਫਟਰ ਵੈਨ ਮਨਪ੍ਰੀਤ ਜੀ ਗੋਟ, ਦੈਨ ਅਗੇਨ ਵੀ ਫੋਟ ਕਾਂਗਰਸੀ ਟਿਕਟ 'ਤੇ 1997 ਅਸੀਂ ਕਾਂਗਰਸੀ ਟਿਕਟ 'ਤੇ ਇਲੈਕਸ਼ਨ ਲੜਿਆ ਸੀ। ਓਕੇ, ਹਾਲਾਂਕਿ ਅਕਾਲੀ ਦਲ ਦੀ ਵੇਵ ਸੀ, ਅਸੀਂ ਕਾਂਗਰਸੀ ਟਿਕਟ 'ਤੇ ਇਲੈਕਸ਼ਨ ਲੜਿਆ ਸੀ, ਐਂਡ ਵੀ ਲੋਸ, ਚਲੋ ਕੋਈ ਗੱਲ ਨਹੀਂ। ਐਂਡ ਉਸ ਤੋਂ ਬਾਅਦ ਵੀ ਹੈਵਨ ਅਸੀਂ ਕੋਈ ਇਲੈਕਸ਼ਨ ਨਹੀਂ ਲੜਿਆ ਜੀ। ਸੋ ਇਹ ਹੈ ਕਿ ਉਸ ਤੋਂ ਬਾਅਦ ਮੈਂ 1995 ਬਾਈ ਇਲੈਕਸ਼ਨ ਮਨਪ੍ਰੀਤ ਜੀ ਦੇ ਚਾਰੋਂ ਇਲੈਕਸ਼ਨਾਂ ਦੇ ਵਿੱਚ ਫੁੱਲੀ, ਸਿੰਸ ਐਜ਼ ਅ ਫੈਮਿਲੀ ਦੈਨ ਵੀ ਟੁੱਕ
डिसीजन कि फैमिली का एक ही मैंबर विल बी एक्टिव इन पॉलिटिक्स, हर एक बंदा अड फ्रंट नहीं खोल सकता जी। सो मैं हमेशा ही उन्होंने नाल एसोसीएटेड रहा, तो जाहिर है कि जो तुम कम करते हो तो थोड़े विरोधी भी हो जाते हैं जी, एंड वो नैगेटिव तो पॉजिटिव हमेशा ही इशूज आते हैं। सो हाँ जी, ज़्यादातर ना जोजो के नाल एसोसीएट किया जाता नाम न कि किसी ना कि ना लोग इस चीज़ के आते कि तुम धक्का करते हो या ये आ जाता कि जी तुम ज़्यादा लीड करते हो, ठीक है, मनप्रीत जी नालों ज़्यादा थोड़ी ज़्यादा से होंगी है लोकल लैवल पर, क्योंकि मनप्रीत जी देखो मिनिस्टर से, सो ही वॉज इन चंडीगढ़। बठिंडा इलेक्शन की अगर मैं बठिंडा विन तो बाद गल करा, इस लास्ट टर्म की गल करा, उत्थे तुहाडी ज़्यादा से होंगी सी, ये लोग ज़्यादातर जनरली लोग कहा जाता है, क्योंकि जो मैं जो इस क्वेश्चन तुम्हें पूछ रहा क्वेश्चन वो ने जो लोग कह रहे हैं, लोग चर्चा कर रहे हैं, ये उत्ते की कहोगे तुम, की क्लैरिटी होगी? देखो की होया कि जो 2017 च इतने आए थे इलेक्शन लड़न लई, तो साढ़े तो पहला जिन्हें भी कांग्रेस के कोई लीडर्स आए थे, देयर वाज एबसेंस ऑफ जिन्होंने लीडरशिप कह दें, एक वैक्यूम सीगा इतने कांग्रेस का, और कि वर्कर्स की सुनाई नहीं सी होंगी। उन्होंने फिर मनप्रीत जी ने कहा जो अं जाते कांग्रेस के वर्कर्स को मिलते से, कहते जी भी साड़ी कोई बांह कौन फड़ूगा इतने, साढ़े ना धक्के हुए हैं म्यूनसिपैलिटी इलेक्शन, अकाली दल ने साढ़े ना बहुत धक्के किए, बूथ कैचिंग साढ़े इतनी एम सी बैठे हैं रतन राही, इन्हों तो सवेरे 9 बजे बिठा घर भेजता सगा जी, ये कंध ना पिस्तौल लाती सी भी तू घर चल तू। सो द कांग्रेस वर्कर फेल्ट थ्रैटन, डरिया होया सी, वो कहते भी तुसी जदों मिनिस्टर बन जाओगे MLA बन जाओगे तुसी तो चंडीगढ़ बह जाओगे, रिस्पोंसिबल इतने कोई ना कोई थोड़े फैमिली मैंबर, तो मनप्रीत जी ने कहा कि साढ़े पूरे हफ्ते विच हर रोज़ कोई ना कोई फैमिली मैंबर इतने जरूर हाजिर होगा, चाहे मेरी वाइफ, चाहे मेरा बेटा, तो चाहे मेरा ब्रदर लॉ भी ये काम संभाल दिया। मेरी ड्यूटी सी लाइनों पार सी ट्रांस रेलवे एरिया बठिंडे का, जिस कोई 15-17 वार्ड है, मेरी ड्यूटी उत्थे सी टू ओवरसी, साढ़े सारे जोनस कांग्रेस लीडर्स में वंडे गए सी। कभी भी मैं ये नहीं होगा भी किसी कांग्रेस लीडर नो मैं ओवर शैडो किया हो, उन्हों की इज्जत ना की हो, जे 5 कुर्सियाँ पईं सी जे 6 जाने मैं खड़ा रहता सी। ओके, इस गल दे गवाह है। हाँ, कांग्रेस वर्कर्स ना बूथा जा के मैं काम करवाउंदा रहा, ओबियसली थोनों टाइम लगता, तुसी वर्कर्स की रिस्पैक्ट उन्ना चिर नहीं मिलेगी जिन्हें से काम नहीं करोंगे। जो मैं कल्ला ही दफ्तर बह के 4 फोन करके चले हो, कोई रिस्पैक्ट नहीं कर रहा, तुसी घरां च जाओगे, गलियां च जाओगे, काम कराओगे, फिर थोड़े ना वर्कर जुड़ जाए। इस रिस्पैक्ट हुण अज दे मुद्दे ते आने, जिहड़ा करंट मुद्दा तुसी बयान दिता 1-2 चैनल्स दे विच कि रिस्पैक्ट एक प्रॉब्लम सी जिदे करके तुसी हुण एज अ काडर एज अ टीम, ओके, मनप्रीत सिंह बादल टीम हुण BJP दे विच एंटर कर रही है, कर चुकी है, यही रिस्पैक्ट करके तुसी इसे रिस्पैक्ट दा वो दिता, कित्थे प्रॉब्लम सी रिस्पैक्ट दी? क्योंकि अगर आप गल करिए कि तुसी ये गल कह के जी राहुल जी ने पूरी रिस्पैक्ट दिती, राइट, तुसी यही गल कही, रिस्पैक्ट की गल करिए बठिंडा एरिया दे भी तो हर कोई तुहाडे रिस्पैक्ट कर रहा है, MCs तुहाडे नाल ने अज भी ने, अगर असी देखिए कि नाल भी बैठे हुए ने MC इस टाइम, कितने कमी सी रिस्पैक्ट की, वाई, मतलब कि रिस्पैक्ट की कमी सी? देखो असी इलेक्शन लड़े 2022 दे एज अ कांग्रेस कैंडीडेट, राजा वड़िंग ने इलेक्शन लड़े एज अ कांग्रेस कैंडीडेट जी, असी भी कैबिनेट के मिनिस्टर सी, वो भी कैबिनेट का मिनिस्टर सी, पर एक बंदा जिन्हों पार्टी ने प्रेजिडेंट बनाता वो स्टेजा पर कहता सी कि मनप्रीत बादल नूं हराओ। ओके, सपोज करो तुसी साढ़े ते इंचार्ज लगे हो, मैं तो आदि गल थोनू दसनी, दिल्ली तो भेजा गया जी, तो थोनू दसता भी इन्हें चुप कराओ, ये हर एक स्टेज पर कहना कि मनप्रीत नूं हराओ, मनप्रीत नूं हराओ, बादल ने भी बादल दूजे बादलों ने हराओ, जी सत के 100 वार हराओ, तुसी बठिंडा तो लैके जलालाबाद तक तुसी बादलों नूं हराओ सारे, एंड द लैंगुएज जी यूज़ कर रहे थे बड़ी वाहियात लैंगुएज है, रगड़ दो, ठोक दो, ये कोई एक रिस्पोंसिबल लीडर या मिनिस्टर की जुबान चो लफ्ज़ निकलने भी भैड़े होंगे, पर चलो यू नो ही आदत ही है बोलने की, इट इज़ अ मैटर। असी कंप्लेन की नहीं सुने, असी हार गए इलेक्शन, वो जित गया, असी अपोज नहीं किया, असी एक दिन भी स्टेज वो खिलाफ़ नहीं बोले, मनप्रीत जी ने अज तक किसी के खिलाफ बोले ही नहीं,
ਉਹਦੇ ਓਪੋਜੀਸ਼ਨ ਦੇ ਲੀਡਰਸ ਦੇ ਖਿਲਾਫ ਨਹੀਂ ਸੀ ਕਦੀ ਸਟੇਜਾਂ 'ਤੇ ਬੋਲਦੇ ਕਿ ਬੰਦਾ ਇਹ ਕਹਿ ਦੇ ਯਾਰ ਵੀ ਇਹ ਤਾਂ ਜਗਰੂਪ ਗਿੱਲ ਆਪ ਦੇ ਐੱਮ ਐੱਲ ਏ ਹੁਣ ਬਣੇ ਆ ਇਹਨਾਂ ਦੇ ਖਿਲਾਫ ਕੋਈ ਸਟੇਜ 'ਤੇ ਕਿਹਾ ਹੋਵੇ। ਸਰੂਪ ਚੰਦ ਸਿੰਗਲਾ ਦੇ ਖਿਲਾਫ ਕਦੀ ਨਹੀਂ ਬੋਲੇ, ਇਹਦੇ ਖਿਲਾਫ ਤਾਂ ਕੀ ਬੋਲਣਾ। ਅਤੇ ਜੇ ਅਸੀਂ ਪਾਰਟੀ ਡਿਸਿਪਲਿਨ ਮੇਨਟੇਨ ਕੀਤਾ ਅਤੇ ਨਹੀਂ ਤਾਂ ਅਸੀਂ ਇਹਨੂੰ ਦੁਹਾ ਦਿੰਦੇ ਨਜ਼ਾਰੇ। ਅਤੇ ਇਲੈਕਸ਼ਨ ਹੁਣ ਕਿਹੜਾ ਨਹੀਂ ਆਉਣੇ, ਇਹ ਕੁੰਭ ਦਾ ਮੇਲਾ ਤਾਂ ਹੈ ਨਹੀਂ ਕਿ 12 ਸਾਲਾਂ ਬਾਅਦ ਆਊਗਾ। ਇਹ ਜਿੱਥੇ ਇਲੈਕਸ਼ਨ ਲੜੋ ਆ, ਹੁਣ ਪਹਿਲਾਂ ਤਾਂ ਅਸੀਂ ਵਿਰੋਧ ਕੀਤਾ ਨਹੀਂ, ਹੁਣ ਜਚਾ ਕੇ ਕਰਾਂਗੇ। ਇਹ ਤਲਕੀ ਇਹਨੂੰ ਦਿਖਾ ਦਾਂਗੇ ਵੀ ਇਲੈਕਸ਼ਨ, ਇਹ ਜਿਹੜੀ ਤਲਕੀ ਸ਼ੁਰੂ ਹੋਈ ਇਹ ਤਲਕੀ ਬਠਿੰਡਾ ਤੋਂ ਸ਼ੁਰੂ ਨਹੀਂ ਹੋਈ। ਇਹ ਤਲਕੀ ਅਗਰ ਆਪਾਂ ਜਾਈਏ ਇਫ ਯੂ ਗੋ ਅਗਰ ਪਿੱਛੇ ਚੱਲੀਏ ਪਿਛਲੇ ਟਾਈਮ ਤੋਂ, ਆਈ ਥਿੰਕ ਇਹ ਤਲਕੀ ਗਿੱਦੜਵਾ ਤੋਂ ਸ਼ੁਰੂ ਹੋਈ ਹੋਈ ਹੈ। ਇਹ ਕੋਈ ਤਲਕੀ ਨਹੀਂ ਸੀ, ਹੀ ਵਾਜ਼ ਅ ਕਾਂਗਰਸ ਕੈਂਡੀਡੇਟ, ਅਸੀਂ ਇੱਕ ਤਰ੍ਹਾਂ ਦੇ ਇੰਡੀਪੈਂਡੈਂਟ ਕੈਂਡੀਡੇਟ ਸੀ, ਅਕਾਲੀ ਦਲ ਅਸੀਂ ਛੱਡਿਆ ਸੀ, ਪੀ 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 ਬਣਾਈ। ਤੀਸਰੇ ਫਰੰਟ ਦੇ ਲੋਕਾਂ ਨੂੰ ਹਜੇ ਆਈਡੀਓਲੋਜੀ ਨਹੀਂ ਸੀ ਸੈੱਟ ਆਈ। ਅਕਾਲੀ ਦਲ ਨੂੰ 66,000-67,000 ਵੋਟ ਪੈਂਦੀ ਸੀ, ਔਰ 67,000 ਔਡ, ਕਾਂਗਰਸ ਨੂੰ 50,000 ਹੀ ਪੈਂਦੀ ਆਈ ਹੈ ਪਿਛਲੇ 25 ਸਾਲਾਂ ਤੋਂ। ਉਹ 17-18,000 ਜਿਹੜਾ ਫਰਕ ਸੀ, ਉਹ ਅਕਾਲੀ ਦਲ ਦੀ ਵੋਟ ਦੋ ਹਿੱਸਿਆਂ 'ਚ ਡਿਵਾਈਡ ਹੋ ਗਈ। ਬਿਲਕੁਲ 33,000 ਸਾਨੂੰ ਪੈ ਗਈ, 33,000 2,407 ਬਰਾੜ ਨੂੰ ਪੈ ਗਈ, ਐਂਡ ਵੀ ਲੋਸਟ ਇਲੈਕਸ਼ਨ। ਸੋ ਦੀ ਅਕਾਲੀ ਦਲ ਵੋਟ ਵਾਜ ਡਿਵਾਈਡਿਡ ਟੂ, ਕਾਂਗਰਸ ਦੀ ਬੱਜੀ ਵੋਟ ਇਹਨੂੰ ਪੈ ਗਈ। ਸੋ ਉਹਦਾ ਇਹਨੂੰ ਐਡਵਾਂਟੇਜ ਮਿਲ ਗਿਆ। ਠੀਕ ਹੈ, ਸਾਡੀ ਕੋਈ ਤਲਕ ਨਹੀਂ, ਠੀਕ ਹੈ, ਹੀ ਵਾਜ਼ ਆਰ ਓਪੋਜੀਸ਼ਨ ਕੈਂਡੀਡੇਟ, ਅਸੀਂ ਤਾਂ ਕੋਈ ਕੁਛ ਕਰਾਇਆ, ਸਾਡੀ ਕੋਈ ਲੜਾਈ ਨਹੀਂ, ਕੋਈ ਲੜਨਾ ਨਹੀਂ। ਜਿਹੜੀ ਇਹ ਬਿਆਨਬਾਜ਼ੀ ਸ਼ੁਰੂ ਉੱਥੋਂ ਹੋਈ ਜਿਹੜੀ ਬਠਿੰਡਾ ਆ ਕੇ ਖਤਮ ਹੋਈ, ਜਾਂ ਹਲੇ ਚੱਲ ਰਹੀ ਹੈ ਬਿਆਨਬਾਜ਼ੀ, ਓਪੋਜੀਸ਼ਨ ਕਹਿ ਲਓ, ਇਹਨੂੰ ਕੋਈ ਪ੍ਰੋਬਲਮ ਹੈ। ਯੂ ਸੀ ਐਵਰੀਬਡੀ ਫੀਲਸ ਥ੍ਰੈਟਨਡ। ਓਕੇ, ਇਹ ਬੜਾ ਐਂਬੀਸ਼ੀਅਸ ਹੈ, ਇਹ ਤਾਂ ਹੁਣ ਚੀਫ ਮਿਨਿਸਟਰ ਦੇ ਸੁਪਨੇ ਲੈਂਦਾ, ਪੱਗ ਐਵੇਂ ਦਾ ਨਹੀਂ ਬੰਨਣ ਲੱਗਿਆ ਜੀ। ਐਂਡ ਐਂਬੀਸ਼ਨ ਦੇ ਵਿੱਚ ਆ ਕੇ ਇਹਨੇ ਅੱਜ ਤੱਕ ਕਿਸੇ ਬੰਦੇ ਨਾਲ ਲੋਇਲਟੀ ਨਹੀਂ ਰੱਖੀ। ਪਹਿਲਾਂ ਆਪਣੇ ਪਰਿਵਾਰ ਨੂੰ ਧੋਖਾ ਦਿੱਤਾ, ਓਕੇ, ਫਿਰ ਆਪਣੇ ਮਾਮੇ ਨੂੰ ਦਿੱਤਾ, ਫਿਰ ਜਗਮੀਤ ਬਰਾੜ ਨੂੰ ਦਿੱਤਾ ਜਿਹਦਾ ਚੇਲਾ ਸੀ। ਹੁਣ ਰੀਸੈਂਟਲੀ ਸਿੱਧੂ ਸਾਹਿਬ ਨੇ ਇਹਦੇ ਪਿੱਛੇ ਸਟੈਂਡ ਲਿੱਤਾ ਕਿ ਉਹਨੂੰ ਮਿਨਿਸਟਰ ਬਣਾਓ, ਅਤੇ ਬਸ ਕਰਤਾ ਸਿੱਧੂ ਸਾਹਿਬ ਦਾ ਵੀ ਕੰਮ ਇਹਨੇ, ਚੰਨੀ ਦਾ ਵੀ। ਨਹੀਂ ਹੁਣ ਸਿੱਧੂ ਸਾਹਿਬ ਵਾਪਸ ਆ ਰਹੇ ਹੈ, ਇਹ ਵੀ ਚਰਚਾਵਾਂ ਨੇ, ਔਰ ਈਵਨ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਗੱਲਾਂ ਚੱਲ ਰਹੀਆਂ ਕਿ ਵੈਨ ਸਿੱਧੂ ਵਿਲ ਬੀ ਬੈਕ, ਓਕੇ, ਦੇਰ ਵਿਲ ਬੀ ਅ ਟਰਮੋਇਲ ਆਪਸ ਫਾਇਦਾ ਬੀਜੇਪੀ ਨੂੰ ਹੋਏਗਾ ਪਤਾ ਨਹੀਂ ਜੀ, ਆਪਾਂ ਨੂੰ ਅੱਜ ਰਾਤ ਦਾ ਨਹੀਂ ਪਤਾ, ਕੱਲ੍ਹ ਸਵੇਰ ਦਾ ਨਹੀਂ ਪਤਾ ਕੀ ਹੋਣਾ ਗਾ। ਪੋਲੀਟਿਕਸ ਇਜ਼ ਵੈਰੀ ਸਟ੍ਰੇਂਜ ਐਂਡ ਦ ਟਾਈਮਸ ਆਰ ਵੈਰੀ ਇੰਟਰਸਟਿੰਗ, ਐਵਰੀ ਡੇ ਥਿੰਗਸ ਚੇਂਜ, ਐਂਡ ਯੂ ਨੋ ਜਿਹਨੂੰ ਕਹਿੰਦੇ ਵੀ ਆਰ ਗੋਇੰਗ ਥਰੂ ਵੈਰੀ ਇੰਟਰਸਟਿੰਗ ਟਾਈਮਸ ਇਨ ਇੰਡੀਆ ਐਂਡ ਇਨ ਪੰਜਾਬ, ਦੇਰ ਇਜ਼ ਅ ਲੋਟ ਆਫ ਟਰਮੋਇਲ। ਐਂਡ ਜਿਹੜਾ ਸਭ ਤੋਂ ਵੱਡਾ ਲੋਕਾਂ ਨੂੰ ਜਿਹੜੀ ਆਸ ਹੈ ਭਾਰਤੀ ਜਨਤਾ ਪਾਰਟੀ ਤੋਂ ਕਿ ਜਿਹੜੇ ਲੋਅ ਐਂਡ ਆਰਡਰ ਸਿਚੁਏਸ਼ਨ ਹੈ ਇਹਦੇ ਉੱਤੇ ਜਿਹੜਾ ਦੁਕਾਨਦਾਰ ਬੜਾ ਥਰੈਟਨ ਫੀਲ ਕਰ ਰਿਹਾ, ਵਪਾਰੀ ਥਰੈਟਨ। ਮੈਂ ਅੱਜ ਪਿੰਡ ਸੀਗਾ ਜੀ, ਮੇਰਾ ਪਿੰਡ ਹੈ, ਉਹ ਪਿੰਡ ਵਾਲੇ ਜ਼ਿਮੀਦਾਰ ਕਹਿਣ ਲੱਗ ਗਏ, ਉੱਥੇ ਬੈਠੇ ਮੈਨੂੰ ਮਿਲਣ ਆਏ ਸੀ, ਕਹਿੰਦੇ ਬਾਈ ਜੀ ਹੁਣ ਤਾਂ 5 ਕਿੱਲੇ ਵਾਲਾ ਵੀ ਵਿਚਾਰਾ ਡਰਦਾ ਕਿ ਮੁੰਡਾ ਮੋਟਰਸਾਈਕਲ ਲੈ ਕੇ ਲੁੱਟਖੋ ਹੀ ਨਾ ਹੋ ਜਾਵੇ। ਅੱਜ ਕੱਲ੍ਹ ਤਾਂ ਲੋਕ ਡਰੇ ਹੋਏ ਆ ਨਹੀਂ ਬੀਜੇਪੀ ਦੇ ਆਉਣ ਨਾਲ, ਬੀਜੇਪੀ ਐਵਰੀਬਡੀ ਫੀਲਸ ਦੈਟ ਦ ਯੂਪੀ ਐਗਜ਼ਾਮਪਲ, ਵਟ ਦੀ ਯੂਪੀ ਚੀਫ ਮਿਨਿਸਟਰ ਹੈਜ਼ ਡਨ ਓਵਰ ਦੇਅਰ, ਦੇਰ ਇਜ਼ ਅ ਸੈਂਸ ਆਫ ਰਿਲੀਫ ਐਂਡ ਦੇਰ ਇਜ਼ ਆਲਸੋ ਸੈਂਸ ਆਫ ਸਿਕਿਉਰਿਟੀ ਓਵਰ ਦੇਅਰ। ਐਵਰੀਬਡੀ ਵਾਂਟਸ ਕਿ ਚਾਹੇ ਕਾਰੋਬਾਰ ਘੱਟ ਹੋ ਜਾਵੇ, ਸਿਕਿਉਰਿਟੀ ਹੋਣੀ ਚਾਹੀਦੀ। ਸੀ ਦ ਕੁਐਸਚਨ ਇਜ਼ ਸਟਿਲ ਦੇਅਰ, ਆਫਟਰ ਦ ਡਿਬੈਕਲ ਆਫ ਦੋਜ਼ 3 ਫਾਰਮ ਬਿਲਸ, ਜੋ 3 ਜਿਹੜੇ 3 ਬਿਲਸ ਆਏ ਸੀ, ਨਾਟ ਫਾਰਮ ਬਿਲਸ, ਦ ਡਬਲਯੂਟੀਓ ਬਿਲਸ, ਆਈ ਵੁੱਡ ਸੇ ਦ ਫੈਕਟ ਕਿ ਡਬਲਯੂਟੀਓ ਦੇ ਬਿਲ ਸੀ, ਉਹਨਾਂ ਦਾ ਸਿੱਖ ਅਮਲੀ ਜਾਮਾ ਪਹਿਨਾਇਆ ਗਿਆ ਸੈਂਟਰ ਗੌਰਮੈਂਟ ਦੇ, ਜਿਹੜਾ ਕਿ ਕੋਈ ਬੋਲ ਕੇ ਰਾਜ਼ੀ ਨਹੀਂ। ਉਹਨਾਂ ਬਿਲਸ ਦੇ ਡਿਬੈਕਲ ਤੋਂ ਬਾਅਦ ਜੋ ਕੁਛ ਹੋਇਆ, ਠੀਕ ਹੈ, ਜੋ ਧਰਨੇ ਲੱਗੇ, ਸਭ ਕੁਛ ਹੋਇਆ, ਰਿਪੈਂਟ ਹੋਏ ਬਿੱਲ, ਸਭ ਕੁਛ ਹੋਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਬੀਜੇਪੀ ਸਰਕਾਰ ਬਣਾ ਪਾਏਗੀ ਪੰਜਾਬ ਦੇ ਵਿੱਚ? ਕਿਉਂਕਿ ਉਹ ਵੈਸੇ ਤਾਂ ਉਹ ਬਹੁਤ ਦੂਰ ਦੀ ਗੱਲ ਹੈ, ਪਰ ਚਲੋ ਆਪਾਂ ਗੱਲ ਕਰ ਲੈਂਦੇ ਹਾਂ। ਵੈਰੀ ਫੇਮਸ ਦਿਸ ਥਿੰਗ ਦੈਟ ਟਾਈਮਸ ਆਰ ਚੇਂਜਿੰਗ, ਓਕੇ, ਐਂਡ ਵਿਦ ਟਾਈਮ ਯੂ ਵਿਲ ਸੀ ਲੋਟ ਆਫ ਥਿੰਗਸ ਚੇਂਜ। ਦੀ ਮਾਈਂਡਸੈਟ ਆਫ ਆਈ ਐਮ ਅ ਫਾਰਮਰ, ਮੈਂ ਆਪ ਆਪਦੇ ਪਿੰਡ ਦੇ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਹੈਗਾ, ਅਤੇ ਟਾਈਮਸ ਆਰ ਚੇਂਜ, ਯੂ ਵਿਲ ਬੀ ਸ਼ੌਕ ਟੂ ਸੀ। 2024 ਇਲੈਕਸ਼ਨ ਦੇ ਵਿੱਚ ਟਿਕਟ 'ਤੇ ਲੜਨਗੇ ਬਾਦਲ ਸਾਹਿਬ? ਇਹ ਜੀ ਬੀਜੇਪੀ ਇਜ਼ ਅ ਕਾਡਰ ਬੇਸਡ ਡਿਸਿਪਲਿਨ ਪਾਰਟੀ, ਨਾ ਹੀ ਮੈਂ ਕੋਈ ਇਹਦੇ ਬਾਰੇ ਕਹਿ ਸਕਦਾ, ਨਾ ਹੀ ਅਸੀਂ ਕਹਿ ਸਕਦੇ ਅਸੀਂ ਇੱਥੋਂ ਲੜਨਾ। ਇਹ ਤਾਂ ਯੂ ਹੈਵ ਟੂ ਗੋ ਬਾਏ ਪ੍ਰੋਟੋਕੋਲ ਐਸ ਪਰ ਦ ਲੇਟ ਡਾਊਨ ਪ੍ਰੋਸੀਜਰ। ਜੇ ਕੰਮ ਕਰਾਂਗੇ ਤਾਂ ਕੰਟੈਂਡਰ ਹੋਵਾਂਗੇ, ਅਤੇ ਜੇ ਵਿਹਲੀਆਂ ਗੱਲਾਂ ਹੀ ਮਾਰਾਂਗੇ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ। ਫਿਰ ਵੀ ਅਗਰ ਦੇਖੋ ਆਪਾਂ ਜੁਆਇਨ ਕਰਦੇ ਹਾਂ, ਤੁਸੀਂ ਇੱਕ ਪਾਰਟੀ ਛੱਡ ਕੇ, ਜਿਨ੍ਹਾਂ ਨੇ ਤੁਹਾਨੂੰ ਮਿਨਿਸਟਰ ਬਣਾਇਆ, ਉਹ ਪਾਰਟੀ ਛੱਡ ਕੇ ਗਏ ਹੋ, ਕੁਛ ਤਾਂ ਗੱਲ ਹੋਈ ਹੋਊਗੀ, ਕੁਛ ਤਾਂ ਇੰਟਰਨਲ ਦੱਸ ਦਿਓ। ਦੇਖੋ ਮਿਨਿਸਟਰ ਬਣਾਇਆ, ਵੀ ਆਰ ਵੈਰੀ ਥੈਂਕਫੁਲ ਟੂ ਰਾਹੁਲ ਗਾਂਧੀ ਜੀ
ਪਰ ਮਿਨਿਸਟਰ ਕਾਬਲੀਅਤ ਤੇ ਵੀ ਬਣਦਾ ਬੰਦਾ ਸੋ ਕਾਬਲੀਅਤ ਹੈ ਕਾਬਲੀਅਤ ਲੈ ਕੇ ਹੀ ਜਾ ਰਹੇ ਹੋ ਤੁਸੀਂ ਇੱਕ ਇੱਕ ਬੜੀ ਵੱਡਾ ਇੱਕ ਫੈਕਸ਼ਨ ਮਰਜ ਕੀਤਾ ਸੀ ਕਾਂਗਰਸ ਵਿੱਚ ਜੀ ਕਾਂਗਰਸ ਨੂੰ ਉਦੋਂ ਜੁਆਇਨ ਕੀਤਾ ਜਦੋਂ ਕਾਂਗਰਸ ਜੁਆਇਨ ਕੋਈ ਕਰ ਹੀ ਨਹੀਂ ਸੀ ਰਿਹਾ ਓਕੇ ਰਾਈਟ ਅਸੀਂ ਉਦੋਂ ਜੁਆਇਨ ਕੀਤਾ ਜਦੋਂ ਆਮ ਆਦਮੀ ਪਾਰਟੀ ਦੀ ਵੇਵ ਸੀ ਕੋਈ ਨਹੀਂ ਸੀ ਕਾਂਗਰਸ ਉਦੋਂ ਜੁਆਇਨ ਕੀਤਾ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੱਧੂ ਆਉਣ ਨਾਲ ਕਾਂਗਰਸ ਦੀ ਵੇਵ ਬਣੀ ਸੀ ਓਕੇ ਐਂਡ ਇਸ ਇਜ਼ ਅ ਫੈਕਟ ਐਂਡ ਹੁਣ ਸਾਨੂੰ ਇੱਕ ਕੰਮ ਕਰਨ ਦਾ ਨਸ਼ਾ ਉਹ ਇੱਥੋਂ ਦੇ ਕਾਂਗਰਸ ਦੇ ਵਰਕਰ ਦੱਸ ਦੇਣਗੇ ਵੀ ਅਸੀਂ ਪੰਜ ਸਾਲ ਕਿੰਨਾ ਕੰਮ ਕੀਤਾ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਕੰਮ ਕਰਨ ਦਾ ਨਸ਼ਾ ਹੈਗਾ ਇੱਕ ਜ਼ਰੂਰ ਹੈ ਪਿਛਲੇ 9 ਮਹੀਨਿਆਂ ਤੋਂ ਕਾਂਗਰਸ ਦੀ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਜਾਂ ਜਿਹੜੇ ਉੱਥੋਂ ਇੱਕ ਕੋਟਰੀ ਬੈਠੀ ਹੈ ਜਿਹੜੀ ਗਲਤ ਐਡਵਾਈਸ ਕਰਦੀ ਹੈ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਘਰੇ ਬਿਠਾਇਆ ਸੀ ਜਿਹੜੇ ਇੱਕ ਬੰਦਾ ਕੰਮ ਕਰਦਾ ਮਿਹਨਤ ਕਰਦਾ 24 ਘੰਟੇ ਤੁਸੀਂ ਉਹਨੂੰ ਘਰੇ ਬਿਠਾਇਆ ਹੋਇਆ ਸੋ ਇਗਨੋਰ ਹੋ ਰਹੇ ਸੀਗੇ ਵੀ ਵਰ ਫੀਲਿੰਗ ਇਗਨੋਰਡ ਭਾਰਤ ਜੋੜੋ ਯਾਤਰਾ 'ਚ ਸਾਡੀ ਕੋਈ ਡਿਊਟੀ ਨਹੀਂ ਲਾਈ ਓਕੇ ਰਾਈਟ ਨਹੀਂ ਜਨਰਲੀ ਦੇਖੋ ਇਹ ਇਹ ਚੀਜ਼ ਇਹ ਕਹੀ ਜਾ ਰਹੀ ਸੀਗੀ ਚਲੋ ਜੁਆਇਨਿੰਗ ਹੋ ਗਈ ਜੁਆਇਨਿੰਗ ਤੋਂ ਬਾਅਦ ਮੇਰੇ ਖਿਆਲ ਨਾਲ ਇਹ ਗੱਲਾਂ ਹੁਣ ਚੁੱਪ ਚੁੱਪ ਹੋ ਜਾਣਗੀਆਂ ਲੇਕਿਨ ਮੀਡੀਆ ਦੇ ਵਿੱਚ ਹਰ ਜਗ੍ਹਾ ਇਹ ਗੱਲ ਹੋ ਰਹੀ ਸੀਗੀ ਕਿ ਬਾਦਲ ਸਾਹਿਬ ਦਿਖੇ ਨਹੀਂ ਭਾਰਤ ਜੋੜੋ ਯਾਤਰਾ ਦੇ ਵਿੱਚ ਜਦੋਂ ਬਾਕੀ ਲੀਡਰਸ ਗਏ ਬੁਲਾਇਆ ਹੀ ਨਹੀਂ ਓਕੇ ਫਿਰ ਅਸੀਂ ਐਵੇਂ ਉੱਥੇ ਜਾ ਕੇ ਖੜੇ ਹੋ ਜੇ ਤੁਹਾਡੇ ਤੋਂ ਜੂਨੀਅਰ ਬੰਦਿਆਂ ਨੂੰ ਡਿਊਟੀ ਦੇ ਤੀ ਇੱਕ ਜਵਾਕ ਜਿਹਨੂੰ ਭੇਜਤਾ ਮਾਨਸੇ ਤੋਂ ਇੱਥੇ ਟੂ ਬੀ ਦੀ ਕੋਆਰਡੀਨੇਟਰ ਆਫ ਭਾਰਤ ਜੋੜੋ ਯਾਤਰਾ ਆਈ ਮੀਨ ਹਾਊ ਕੈਨ ਅ ਕੈਬਨਿਟ ਮਿਨਿਸਟਰ ਐਕਸ ਕੈਬਨਿਟ ਮਿਨਿਸਟਰ 5 ਟਾਈਮ MLA ਵਾਈਸ ਪ੍ਰੈਜ਼ੀਡੈਂਟ ਆਫ ਦ ਪਾਰਟੀ ਇੱਥੇ 4-5 ਚੇਅਰਮੈਨ ਹੈ ਕਾਂਗਰਸ ਦੇ ਉਹ ਤਾਂ ਸਾਡੇ MCs ਤੋਂ ਵੀ ਜੂਨੀਅਰ ਹੈ ਉਹ ਲਿਆ ਕੇ ਆ ਕੇ ਡਿਕਟੇਟ ਕਰ ਰਿਹਾ ਵੀ ਕੌਣ ਕਿਵੇਂ ਕਿਵੇਂ ਕੰਮ ਕਰਨਾ ਮੈਨੂੰ ਮਿਲੋ ਆ ਕੇ ਉਹਦਾ ਸਵਾਗਤ ਹੋ ਰਿਹਾ ਹਾਊ ਵਿਲ ਯੂ ਜਸਟ ਬਿਕੋਜ਼ ਹੀ ਉਹਦਾ ਚੇਲਾ ਹੈ ਪ੍ਰਧਾਨ ਦਾ ਹਾਂਜੀ ਤੁਸੀਂ ਆਪਦੇ ਚਮਚਿਆਂ ਨੂੰ ਕੋਆਰਡੀਨੇਟਰ ਲਗਾ ਤਾ ਬਿਲਕੁਲ ਤੁਸੀਂ ਲੋਕਲ ਲੀਡਰਸ ਨੂੰ ਇਗਨੋਰ ਕਰ ਰਹੇ ਹੋ ਐਂਡ ਇਹ ਇਸ ਤਰ੍ਹਾਂ ਇਟਸ ਤੁਸੀਂ ਯੂ ਕੈਨ ਨਾਟ ਕ੍ਰੀਏਟ ਅ ਰਿਫਟ ਯੈਪ ਰਾਈਟ ਤੁਸੀਂ 2 ਸੈਂਟਰਸ ਆਫ ਪਾਵਰ ਨਹੀਂ ਬਣਾ ਸਕਦੇ ਸ਼ਹਿਰ ਦੇ ਵਿੱਚ ਪ੍ਰਧਾਨ ਬਣਾਤਾ ਸਾਡੇ ਤੋਂ ਬਿਨਾਂ ਪੁੱਛੇ ਬਲਾਕ ਪ੍ਰਧਾਨ ਬਣਾਤੇ ਠੀਕ ਹੈ ਬਣਾ ਲਏ 5 ਬੱਸਾਂ ਨਹੀਂ ਭਰੀਆਂ ਗਈਆਂ ਇਹਨਾਂ ਤੋਂ ਰਾਈਟ 41 MCs ਆ ਕਾਂਗਰਸ ਦੇ 5 ਗਏ ਨਾਲ ਸੋ ਫਿਰ MCs ਦਾ ਤਾਂ ਦੇਖੋ ਇਹ ਗੱਲ ਕਹੀ ਜਾਂਦੀ ਹੈ ਕਿ MCs ਜਿਹੜੇ ਬਣੇ ਉਹ ਤੁਹਾਡੇ ਲੋਕ ਸੀ ਨਹੀਂ 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 ਕਿਵੇਂ ਸਾਡੇ ਲੋਕ ਸੀ ਸਭ ਇਹੀ ਗੱਲ ਕਹਿੰਦੇ ਨੇ ਕਿ ਤੁਸੀਂ ਬਣਾਏ ਇਸ ਕਰਕੇ ਉਹ ਤੁਹਾਡੇ ਨਾਲ ਨੇ ਜਿਹੜੇ ਕਈ ਇੱਥੇ ਜਿਹੜੀ ਪੁਰਾਣੀ ਕਾਂਗਰਸ ਸੀ ਸੋ ਕਾਲਡ ਟਕਸਾਲੀ ਕਾਂਗਰਸ ਇਹ ਆਪਦੇ ਚੇਲੇ ਚਮਟਿਆਂ ਨੂੰ ਟਿਕਟਾਂ ਦੇ ਦਿੰਦੇ ਸੀ 8 ਕੁ ਬੰਦੇ ਬਣਦੇ ਸੀ ਅੱਧੇ ਅਕਾਲੀ ਦਲ ਨਾਲ ਰਲ ਜਾਂਦੇ ਸੀ ਅਸੀਂ ਅਕਾਲੀ ਦਲ 'ਚੋਂ ਆਏ ਮੈਨੂੰ ਪਤਾ ਇੱਥੇ ਕਿਹੜੇ ਕਿਹੜੇ ਲੀਡਰ ਅਕਾਲੀ ਦਲ ਨਾਲ ਅੰਦਰ ਖਾਤੇ ਰਲੇ ਹੁੰਦੇ ਸੀ ਉਹ ਖਤਮ ਕੀਤਾ ਕਿ ਦੇ ਵਿਲ ਬੀ 0 ਕੰਪਰੋਮਾਈਜ਼ ਔਨ ਐਨੀ ਸੀਟ ਜਿਹੜਾ ਗਰਾਸ ਰੂਟ ਲੈਵਲ ਦਾ ਵਰਕਰ ਹੈ ਉਹਨੂੰ ਇੱਕ ਮੌਕਾ ਮਿਲਿਆ ਯਾਰ ਕਿ ਮੈਂ ਵੀ ਹੁਣ MC ਦਾ ਇਲੈਕਸ਼ਨ ਲੜ ਸਕਦਾ ਰਾਈਟ ਉਹਨੂੰ ਚਾਂਸ ਮਿਲਿਆ ਜੇ ਕਦੀ ਸੁਪਨੇ 'ਚ ਨਹੀਂ ਸੀ ਸੋਚ ਸਕਦਾ ਕਿ ਮੈਂ ਯਾਰ ਇਹ ਇਲੈਕਸ਼ਨ ਮੈਂ ਵੀ MC ਬਣ ਜਾਊਂਗਾ ਫਿਰ ਅਸੀਂ ਮਿਹਨਤ ਕੀਤੀ ਸਰਵੇ ਕਰਾਏ ਸਰਵੇ 'ਤੇ ਪੈਸੇ ਲਾਏ ਫਿਰ ਉਹਨਾਂ ਨੇ ਕਿਹਾ ਵੀ ਆਹ ਹੀ ਇਜ਼ ਦਾ ਮੋਸਟ ਸੂਟੇਬਲ ਕੈਂਡੀਡੇਟ 5-5 ਕੈਂਡੀਡੇਟ ਦਿੱਤੇ 1 ਸਾਲ ਪਹਿਲਾਂ ਇਲੈਕਸ਼ਨਸ ਤੋਂ ਐਡਾ ਵੱਡਾ ਰਿਸਕ ਲਿੱਤਾ ਹਰੇਕ ਵਾਰਡ ਵਿੱਚ 5-5 ਕੈਂਡੀਡੇਟ ਸੀ 4 ਤਾਂ ਗੁੱਸੇ ਹੋ ਗਏ ਨਾ ਸਾਡੇ ਬਿਲਕੁਲ ਉਹ ਤਾਂ ਨਹੀਂ ਸਾਡੀ ਟੀਮ ਹੀ ਸੀਗੀ ਬਟ ਸਟਿਲ ਵੀ ਟੁੱਕ ਤਾਂ ਰਿਸਕ ਅਤੇ ਕੋਆਪਰੇਸ਼ਨ ਬਣ ਗਈ ਐਂਡ ਲੋਇਲਟੀ ਜਿਹੜੀ ਹੁੰਦੀ ਹੈ ਉਹ ਲੋਇਲਟੀ ਕੋਈ ਜ਼ਬਰਦਸਤੀ ਲੋਇਲਟੀ ਨਹੀਂ ਹੈਗੀ ਰਾਈਟ ਦੂਸਰੀ ਪਾਰਟੀਜ਼ ਤੋਂ ਵੀ ਬੰਦੇ ਲਿਆਉਂਦੇ 14 ਟਿਕਟਾਂ ਅਕਾਲੀ ਦਲ ਤੋਂ ਬੰਦੇ ਲਿਆਉਂਦੇ 14-14 ਹੀ ਜਿੱਤ ਗਏ ਹੁਣ ਕਹਿੰਦੇ ਅਕਾਲੀ ਦਲ ਤੋਂ ਕਿਉਂ ਲਿਆਉਂਦੇ ਇਹ ਤਾਂ ਕੋਆਪਰੇਸ਼ਨ ਹੀ ਨਾ ਬਣਦੇ ਸੀ ਹੁਣ ਇਸੇ ਜੇ ਮਾਈ ਫਾਈਨਲ ਕੁਐਸਚਨ ਆਈ ਨੋ ਤੁਹਾਨੂੰ ਸਭ ਵੇਟ ਕਰ ਰਹੇ ਨੇ ਆਪਣੇ ਕੋਲ ਟਾਈਮ ਘੱਟ ਹੈ ਫਿਰ ਦੁਬਾਰਾ ਕਰਾਂਗੇ ਅੱਗੇ ਚਰਚਾ ਲੇਕਿਨ ਫਾਈਨਲ ਕੁਐਸਚਨ ਇਹ ਹੈ ਸਾਰਿਆਂ ਨਾਲ ਵੱਡਾ ਕੁਐਸਚਨ ਜਿਹੜਾ ਲਾਸਟ ਟਾਈਮ ਜਦੋਂ ਬਾਈ ਇਲੈਕਸ਼ਨਸ ਹੋਏ ਸੀਗੇ ਜਦੋਂ ਬਾਦਲ ਵਰਸਿਸ ਬਾਦਲ ਹੋਇਆ ਸੀਗਾ ਦੈਟ ਵਾਸ ਦ ਟੈਗ ਜਦੋਂ MP ਇਲੈਕਸ਼ਨਸ ਹੋਏ ਸੀਗੇ ਨਾਟ MP ਇਲੈਕਸ਼ਨਸ ਉਦੋਂ ਵੀ ਬਾਦਲ ਵਰਸਿਸ ਬਾਦਲ ਦਾ ਟੈਗ ਸੀਗਾ ਰਾਈਟ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਬਾਦਲ ਸਾਹਿਬ ਨੂੰ ਟਿਕਟ ਮਿਲਦੀ ਹੈ ਬਠਿੰਡਾ ਤਾਂ ਜਿਹੜੀ ਕਿਆਸ ਲਗਾਇਆ ਜਾ ਰਿਹਾ ਮਿਲੇਗੀ ਠੀਕ ਹੈ ਅਗਰ ਬਾਦਲ ਸਾਹਿਬ ਨੂੰ ਮਿਲਦੀ ਹੈ ਤਾਂ ਬਾਦਲ ਵਰਸਿਸ ਬਾਦਲ ਦਾ ਫਿਰ ਦੁਬਾਰਾ ਹੋਏਗਾ ਹਾਂ ਹੋ ਜਾਏ ਇਸ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਔਰ ਮੰਨਿਆ ਵੀ ਜਾਂਦਾ ਅਗਰ ਆਈ ਡੋਂਟ ਨੋ ਵੈਦਰ ਇਟਸ ਰਾਈਟ ਔਰ ਰੋਂਗ ਦਾ ਕੁਐਸਚਨ ਇਜ਼ ਕਿ ਜਿਹੜਾ ਉਹ ਹੈ ਕਿ ਤੁਸੀਂ ਬਹੁਤ ਵਾਰੀ ਇਹ ਹੁੰਦਾ ਕਿ ਇੱਕ ਤੋਂ ਬਾਦਲ ਵਰਸਿਸ ਬਾਦਲ ਡਿਵਾਈਡ ਹੋਏਗਾ ਵੋਟ ਸ਼ੇਅਰ ਰਾਈਟ ਫਸਟ ਆਫ ਆਲ ਸੈਕਿੰਡ ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਇੱਕ ਦੂਜੇ ਨੂੰ ਜਿਤਾਉਣ ਵਾਸਤੇ ਹੈ ਇਜ਼ ਦੈਟ ਦਾ ਪੁਆਇੰਟ ਤੁਸੀਂ ਕੀ ਕਹੋਗੇ ਇਸ ਚੀਜ਼ ਉੱਤੇ
ਪਤਾ ਕਿ ਜਿਹੜੇ ਲੋਕਾਂ ਦੀ ਜਿਹੜੀ ਬੜੀ ਸੋਚ ਜਿਹਨੂੰ ਕਹਿੰਦੇ ਨਾ ਅਨਇੰਟੈਲੀਜੈਂਟ ਅਤੇ ਜਿਹਨੂੰ ਮੈਨੂੰ ਵਰਡ ਨਹੀਂ ਯੂਜ਼ ਕਰਨਾ ਹੁੰਦਾ ਕਿ ਪਾਗਲਾਂ ਵਾਲੀ ਸੋਚ ਹੈ, ਅਸੀਂ ਪਾਗਲ ਸੀ ਇਲੈਕਸ਼ਨ ਲੜਦੇ ਪਹਿਲੀ ਗੱਲ ਤੋਂ, ਫਿਰ ਜੇ ਜਿਤਾਉਣਾ ਹੀ ਸੀ ਫਿਰ ਘਰੇ ਬਹਿ ਜਾਂਦੇ, ਜੇ ਕਿਸੇ ਨੂੰ ਜਿਤਾਉਣਾ ਸੀਗਾ ਫਿਰ ਅਸੀਂ ਐਵੇਂ ਪਿੰਡਾਂ 'ਚ ਲੋਕਾਂ ਦੀ ਵੋਟਾਂ ਦੀ ਮਿੰਨਤਾਂ ਧੂੜ ਪੱਕੀ ਗਏ ਸਾਰੀ, ਗਰਮੀਆਂ ਦੇ ਵਿੱਚ ਤੁਰੇ ਫਿਰੇ ਦੇ ਰੈਲੀਆਂ ਕੀਤੀਆਂ, ਫਿਰ ਇੱਥੇ ਅਫਵਾਹ ਉਡਾ ਤੀ ਉਹ ਇਹ ਬਠਿੰਡੇ ਸ਼ਹਿਰ 'ਚ ਕੁਝ ਬੰਦੇ ਹੋ ਉਹ ਦੇ ਹੈਵ ਦੀ ਮਾਸਟਰੀ ਆਫ ਰਿਊਮਰ ਮੋਂਗਰੀ, ਉਹਨਾਂ ਕੋਲ ਮਾਸਟਰੀ ਹੈ ਇੱਕ ਰਿਊਮਰ ਛੱਡ ਦੇਣਾ, ਮਾਸਟਰੀ ਹੈ ਕਿ ਜੀ ਰਸੂਪ ਚੰਦ ਸਿੰਗਲਾ 'ਤੇ ਪਾਣੀ ਮਾਰਿਆ, ਹਾਲਾਂਕਿ ਮਾੜਿਆ ਮੂਰਿਆ ਹੈ ਨਹੀਂ, ਮਾਸਟਰੀ ਹੈ ਕਿ ਮਨਪ੍ਰੀਤ ਗਿਣਤੀ 'ਚ ਉੱਠ ਕੇ ਬਾਹਰ ਆ ਗਿਆ ਅਤੇ ਸਰਟੀਫਿਕੇਟ ਦੇ ਆਇਆ, ਬੜਾ ਸਟੂਪਿਡ ਥਿੰਗ। ਮਸ਼ੀਨਾਂ 'ਚ ਵੋਟਾਂ ਪਈਆਂ, ਬਿਲਕੁਲ ਮਸ਼ੀਨਾਂ 'ਚ ਗਿਣਤੀ ਹੋਣੀ ਹੈ, ਜਿਨ ਲਾਸਟ ਵੋਟ ਗਿਣਨ ਤੱਕ ਮਨਪ੍ਰੀਤ ਜੀ ਅੰਦਰ ਬੈਠੇ ਰਹੇ, ਉਹ ਕਹਿੰਦੇ ਰੀਕਾਊਂਟ ਕਰਨੀ ਆ, ਕਹਿੰਦੇ ਜੀ ਕਿੰਨੇ ਆ, ਕਹਿੰਦੇ ਜੀ ਸਾਰੀਆਂ ਮਸ਼ੀਨਸ ਠੀਕ ਹੈ, ਜਿਹੜੀ ਮਸ਼ੀਨ 'ਤੇ ਤੁਹਾਨੂੰ ਸ਼ੱਕ ਹੈ ਪਲੀਜ਼ ਤੁਸੀਂ ਖੋਲ ਲਓ, ਰਾਈਟ। ਮਾਨਸੇ ਫੋਨ ਆਇਆ, ਮੇਰੀ ਮਾਨਸੇ ਡਿਊਟੀ ਸੀ ਉੱਥੇ, 24 ਹਜ਼ਾਰ ਦੀ ਲੀਡ ਆਈ ਸੀ, ਮੈਂ ਕਿਹਾ ਜੀ ਮਾਨਸੇ ਦਾ ਸਾਰਾ ਕੁਝ ਠੀਕ ਹੈ, ਜਿੱਥੇ ਵੋਟ ਘਟੀ ਹੈ ਲੰਬੀ ਦਾ ਬਕਸਾ ਖੋਲ ਲਓ, ਲੰਬੀ ਦਾ ਬਕਸਾ ਖੋਲਿਆ ਫਿਰ ਉਨੀਆਂ ਹੋ ਗਈਆਂ, ਇੱਕ ਦੋ ਘੱਟ ਵੱਧ ਗਈਆਂ, ਸੋ ਜਿੱਥੇ ਡਾਊਟ ਸੀ ਉਹ ਖੁਲਾ ਲਈਆਂ, ਐਂਡ ਤੱਕ ਜਦੋਂ ਬਾਹਰ ਆਏ ਕਹਿੰਦੇ ਤਾਂ ਰਲ ਗਿਆ, ਅੱਛਾ ਰਿਊਮਰੇਲ ਵਾਲੇ ਤਾਂ ਰਲ ਗਿਆ, ਇਹ ਨੇ ਤਾਂ ਜੀ ਹਰਸਿਮਰਨ ਨੂੰ ਜਿਤਾਇਆ, ਕਮਾਲ ਹੋ ਗਈ। ਜੇ ਇੰਨਾ ਹੀ ਸੀ ਫਿਰ ਅਸੀਂ ਅਕਾਲੀ ਦਲ ਲਈ ਕਿਉਂ ਛੱਡਦੇ? ਹਾਂਜੀ, ਇਸ ਰੂਮਰ ਨੂੰ ਕਿਵੇਂ ਇਸ ਵਾਰੀ ਕਿਵੇਂ ਅਟੈਕ ਹੋਇਆ? ਜਿੰਨੇ ਪਰਚੇ ਪੀਪੀਪੀ ਦੇ ਵਰਕਰਸ ਤੇ ਹੋਏ ਆ ਡਿਊਰਿੰਗ ਦੀ ਅਕਾਲੀ ਦਲ ਰਜੀਮ, ਇੰਨੇ ਪਰਚੇ ਅੱਜ ਤੱਕ ਕਿਸੇ ਪਾਰਟੀ ਦੇ ਖਿਲਾਫ ਨਹੀਂ ਹੋਏ, ਆਮ ਆਦਮੀ ਪਾਰਟੀ ਦਾ ਕੋਈ ਪਰਚਾ ਹੀ ਨਹੀਂ ਹੋਇਆ ਕਾਂਗਰਸ ਸਰਕਾਰ ਦੇ ਵਿੱਚ, ਰਾਈਟ। ਜਿੰਨੇ ਪਰਚੇ ਪੀਪੀਪੀ ਦੇ, ਇੱਕ ਸਾਡੇ ਸਰਪੰਚ 8 ਸਾਲ ਜੇਲ੍ਹ 'ਚ ਰਹਿ ਕੇ ਆਇਆ ਵਿਚਾਰਾ, ਫੋਰ ਨੋ ਫੋਲਟ ਆਫ ਹਿਸ। ਹਾਂਜੀ, ਅਤੇ ਇਹ ਜਿੰਨਾ ਪ੍ਰੈਸ਼ਰ, ਜਿੰਨਾ ਸਰਕਾਰ ਦਾ ਪ੍ਰੈਸ਼ਰ, ਜਦੋਂ ਕੋਈ ਰੈਲੀ ਨਾ ਹੁੰਦਾ ਸੀ ਸੀ ਆਈ ਡੀ ਵਾਲੇ ਗੱਡੀਆਂ ਦੇ ਨੰਬਰ ਲਿਖਦੇ ਹੁੰਦੇ ਸੀ ਕਿ ਪੀ 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 ਦੇ ਬੰਦੇ, ਧਮਕੀਆਂ ਆਉਂਦੀਆਂ ਸੀ ਫੋਨ 'ਤੇ, ਅਤੇ ਉਹ ਉਹਨਾਂ ਹਾਲਾਤਾਂ ਵਿੱਚ ਅਸੀਂ ਬੜੀ ਸਟੂਪਿਡ ਜੀ ਸੋਚ ਹੈ। ਹਾਂਜੀ, ਠੀਕ ਹੈ, ਸੋ ਆਈ ਥਿੰਕ ਇਹਨੂੰ ਖਤਮ ਕਰਾਂਗੇ, ਬਸ ਇੱਕ ਚੀਜ਼ ਦੱਸ ਦਿਓ, ਵਟ ਇਜ਼ ਦ ਵਿਜ਼ਨ ਨਾਓ, ਵਟਸ ਗੋਇੰਗ ਬੀ ਦ ਵਿਜ਼ਨ, ਅਗਰ ਤੁਸੀਂ ਇਲੈਕਸ਼ਨਸ ਲੜਦੇ ਹੋ ਚਾਹੇ ਨਹੀਂ ਵੀ ਲੜਦੇ, ਚਲੋ ਬੀਜੇਪੀ ਦੇ, ਵਟ ਇਜ਼ ਦ ਵਿਜ਼ਨ ਆਫ ਦੀ ਭਾਰਤੀ ਜਨਤਾ ਪਾਰਟੀ? ਦੇਰ ਇਜ਼ ਨੋ ਪਰਸਨਲ ਵਿਜ਼ਨ, ਓਕੇ, ਵਿਜ਼ਨ ਇਜ਼ ਆਲਵੇਜ਼ ਆਫ ਦ ਪਾਰਟੀ, ਮੇਬੀ ਇਟ ਬੀ ਕਾਂਗਰਸ ਔਰ ਪੀ 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 ਔਰ ਅਕਾਲੀ ਦਲ, ਵਿਜ਼ਨ ਇਜ਼ ਆਲਵੇਜ਼ ਆਫ ਭਾਰਤੀ ਜਨਤਾ ਪਾਰਟੀ, ਐਂਡ ਸਾਨੂੰ ਇੱਕ ਕੰਮ ਕਰਨ ਦਾ ਨਸ਼ਾ ਹੈ, ਅਸੀਂ ਕੰਮ ਕਰਾਂਗੇ, ਦੱਬ ਕੇ ਕਰਾਂਗੇ, ਅਤੇ ਜਿੱਥੇ ਵੀ ਸਾਨੂੰ ਕਹਿਣਗੇ ਵੀ ਇੱਥੇ ਡਿਊਟੀ ਤੋਂ ਉੱਥੇ ਡਿਊਟੀ ਦੇਵਾਂਗੇ, ਬਠਿੰਡੇ ਸ਼ਹਿਰ 'ਚ ਦੱਬ ਕੇ ਕੰਮ ਕਰਾਂਗੇ, ਵੱਧ ਤੋਂ ਵੱਧ ਬੰਦੇ ਬੀਜੇਪੀ ਨਾਲ ਜੁਆਇਨ ਕਰਾਵਾਂਗੇ, ਚਾਹੇ ਉਹਨਾਂ ਦੇ ਪੈਰ ਫੜਨੇ ਪੈਣ, ਜੋ ਮਰਜ਼ੀ ਕਰਨਾ ਪਏ, ਭਾਰਤੀ ਜਨਤਾ ਪਾਰਟੀ ਨੂੰ ਆਪ ਪਤਾ ਚੱਲ ਜੂਗਾ, ਲੋਕਲ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਅਤੇ ਲੀਡਰਸ ਨੂੰ ਕਿ ਅੱਗੇ ਨਾਲੋਂ ਕਿੰਨੇ ਲੋਕਾਂ ਨੇ ਜੁਆਇਨ ਕੀਤਾ, ਕਿੰਨਾ ਪਿਆਰ ਮਿਲ ਰਿਹਾ, ਕਿਉਂਕਿ ਹਰ ਇੱਕ ਵਰਕਰ ਦੇ ਨਾਲ ਖੜ੍ਹੇ ਹੋਵਾਂਗੇ, ਐਂਡ ਵੀ ਵਿਲ ਟਰਾਈ ਟੂ ਸਟਰੈਂਥਨ ਦਾ ਪਾਰਟੀ, ਜਿੰਨਾ ਮਰਜ਼ੀ ਜ਼ੋਰ ਲਾ ਜਾ, ਪਿੰਡਾਂ 'ਚ ਵੀ ਜਾਵਾਂ, ਹਰ ਇੱਕ ਜਗ੍ਹਾ ਜਾਵਾਂਗੇ। ਮਨਪ੍ਰੀਤ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਮੈਂ ਡਰੱਗ ਪਾਰਕ ਲਿਆਉਣਾ ਚਾਹੁੰਦਾ ਬਠਿੰਡਾ ਦੇ ਵਿੱਚ, ਬੀਜੇਪੀ ਜੁਆਇਨ ਹੋ ਗਈ ਹੈ, ਇਹ ਪ੍ਰਾਇਰਟੀ ਰਹੇਗੀ ਕਿ 2024 ਤੋਂ ਪਹਿਲਾਂ ਡਰੱਗ ਪਾਰਕ ਬਠਿੰਡਾ ਹੈ? ਉਹ ਡਰੱਗ ਪਾਰਕ ਤਾਂ ਖਤਮ ਹੋ ਗਿਆ ਹੁਣ, ਇਟਸ ਗੋਨ, ਦੇ ਵਰ ਓਨਲੀ 3, ਵੀ ਲੋਸ ਦੀ ਓਪਰਚੁਨਿਟੀ, ਨਹੀਂ ਹਲੇ ਤੱਕ, ਨਹੀਂ ਐਕਚੁਅਲੀ ਹਲੇ ਤੱਕ ਨਹੀਂ ਹੋ ਗਿਆ, ਪੂਰਾ ਪਾਸ ਹੋਇਆ ਨਹੀਂ ਹੈ, ਨਹੀਂ ਹੋ ਗਿਆ, ਇਟਸ ਆਲਰੇਡੀ ਬੀਨ ਡਨ, ਇਟਸ ਡਿਸਾਈਡਡ, ਇਟਸ ਗੋਨ ਟੂ ਊਨਾ, ਇਟਸ ਬੀਨ ਡਿਸਾਈਡਡ, ਉੱਥੇ ਕੰਮ ਵੀ ਸ਼ੁਰੂ ਹੋ ਗਿਆ। ਟੈਕਸਟਾਈਲ ਪਾਰਕ ਮਿਲਣਾ ਸੀ, ਉਹ ਆਲ ਪਿਛਲੇ ਹਫ਼ਤੇ ਬੀਜੇਪੀ ਦੇ ਮਿਨਿਸਟਰ ਦਾ ਬਿਆਨ ਆ ਗਿਆ ਦੈਟ ਪੰਜਾਬ ਹੈਜ਼ ਲੋਸਟ ਆਊਟ, ਐਂਡ ਅਪਲਾਈ ਨਹੀਂ ਕੀਤਾ ਟੈਕਸਟਾਈਲ ਪਾਰਕ ਲਈ, ਸੋ ਵੀਵ ਲੋਸਟ ਆਊਟ ਔਨ ਦੈਟ ਦਿਸ ਥਿੰਗ। ਸਾਡੀ ਵਿਜ਼ਨ ਸੀਗੀ ਇੱਥੇ ਮਨਪ੍ਰੀਤ ਜੀ ਕਿ ਬਲੂ ਪ੍ਰਿੰਟ ਬਣ ਗਿਆ ਸੀ ਕਿ ਬੱਸ ਸਟੈਂਡ ਉੱਥੇ ਲੈ ਕੇ ਜਾਣਾ, ਐਂਡ ਇੱਕ ਬੜਾ ਸੋਹਣਾ ਜੇ ਇੱਥੇ 500 ਏਕੜ ਦੇ ਵਿੱਚ ਆਲਰੇਡੀ ਫੰਡਸ ਰੱਖੇ ਸੀ, 500 ਏਕੜ ਦੇ ਵਿੱਚ ਛੋਟੇ ਛੋਟੇ ਪਲੋਟ ਕੱਟ ਕੇ ਇਹਨੂੰ ਸੜਕਾਂ ਪੱਕੀਆਂ, ਇਲੈਕਟ੍ਰਿਸਿਟੀ, ਵਾਟਰ, ਰੋਡਸ, ਇੱਕ ਇੰਡਸਟਰੀਅਲ ਪਾਰਕ ਬਣਾਵਾਂਗੇ। ਐਂਡ ਬਟ ਚਲੋ, ਜੇ ਪਰਮਾਤਮਾ ਨੇ ਫਿਰ ਮੌਕਾ ਦਿੱਤਾ ਬਠਿੰਡਾ 'ਚ, ਉਵੇਂ ਹੀ ਪੈਸੇ ਲਾਵਾਂਗੇ, ਡਿਵੈਲਪਮੈਂਟ ਕਰਾਂਗੇ ਜੋ ਪਹਿਲਾਂ ਕੀਤੀ ਸੀ। ਠੀਕ ਹੈ, ਥੈਂਕ ਯੂ ਸਰ, ਥੈਂਕਸ ਫੋਰ ਦ ਇੰਟਰਵਿਊ, ਵਿਲ ਟਰਾਈ ਟੂ ਡੂ ਇਟ ਨੈਕਸਟ ਟਾਈਮ। ਥੈਂਕ ਯੂ ਸਰ, ਥੈਂਕਸ ਲੋਟ। ਸੋ ਇਹ ਸੀਗੇ ਜੈਜੀਤ ਜੋਹਲ ਜੀ, ਦੁਬਾਰਾ ਇਹਨਾਂ ਨਾਲ ਫਿਰ ਕਦੇ ਗੱਲ ਕਰਾਂਗੇ, ਸਾਨੂੰ ਦੱਸਿਆ ਜੇ ਤੁਹਾਨੂੰ ਕਿਹੋ ਜਿਹੇ ਵਿਚਾਰ ਲੱਗੇ, ਕਿਹੋ ਜਿਹੀ ਇੰਟਰਵਿਊ ਲੱਗੀ। ਥੈਂਕ ਯੂ।